जिन मशकों दोस्तों मैं सुनी दूंगा आपकी लाइव मीडिया तो दस सारे का स्वागत कर रहा तो मैं इस वे मौजूदा फाजिलका संदोरा मंडा गली नंबर एक दे विच पिछले साल दी गल्लां कीतीआं जाण विधानसभा चुनाव के वेले वड्डे वड्डे वादे वड्डे वड्डे दावे कीते गए सी अज फिर समस्या जिहड़ी की है ज्यादा उत्पन्न हो चुकी है। मल्ला वासी इत्थे इकट्ठे ने साडे नाल जुड़े ने साडे जिहड़े कि मीडिया दे राही अपनी आवाज उठाना चाहते ने तो सब तो पहला असीं गल करना चाहांगे। हाँ जी की नाम है तुहाडा? हाँ जी जगदीश कुमार जी। जगदीश कुमार जी किस तरह की समस्यावां आ रही ने? समस्या देखो जी सीवरेज सारा बंद पिया, गलियां जिहड़ी हैगी सारी नीवी होईआं पईआं, सिर्फ सीवरेज सारा वादी दा बंद हैगा, बाकी शायद नहीं गा। छह साल हो गए सानू नरे बुद्धे नू, बीजेपी आई तां सुनाई हुई, कांग्रेस आई तां सुनाई दी हुई, हुण आम पार्टी आई कोई सुनाई दी हुई। वादी दा एक सीवरेज साफ नहीं होया अज तक दी, जदों दा सीवरेज पिया है ना एक बारी सीवरेज साफ नहीं होया। साडे कोल साबित कर रहे कि सीवरेज साफ होया ना, सिर्फ पानी कढ़िया जांदा, पानी कढ़िया जांदा, टैंकर आंदा दूजे तीजे दिन कढ़ के लै जांदा, दो दिन घंटे बाद फिर उही हाल हो जांदा है। तुहाडे तुहाडे मोहल्ला वासी है जिहड़े लोक खड़े हो, एमएलए साहब कोल असीं गए सीगे, एमएलए साहब ने ईओ साहब नूं फोन कीता कमेटी च, कमेटी वाले असीं दोबारा गए कि ओह कहिंदे सवेरे उस बंदे लग जाणगे, लगणे की है। असीं गए ईओ साहब कोल, ईओ साहब कहिंदे जी हाले महीना लगेगा, अग्गे कारण कारण नहीं दित्ता, एक महीना अग्गे उहनां दस्से इवें गल की है। परसों आपां गए ईओ साहब कोल, गए ईओ साहब कहिंदे महीना लगेगा, हाले महीने दे पता किन्ने छे महीने होर लगा देणगे, साल लगा देणगे, कारण नहीं दस्सा सी वी महीना क्यों लगा, कारण नहीं दस्सा उहनां ने। ਕਦੀ ਕਹਿ ਦਿੰਦੇ ਐਸਟੀਮੇਟ ਬਣਿਆ ਪਿਆ, ਕਦੀ ਕਹਿ ਦਿੰਦੇ ਜੀ ਪਾਸ ਹੋਈ ਪਈ ਹੈ, ਮੀਟਿੰਗਾਂ ਹੋਣਗੀਆਂ ਉਹ ਪਾਸ ਕਰ ਦੇਵਾਂਗੇ, ਜਦੋਂ ਵੀ ਜਾਂਦੇ ਸਾਨੂੰ ਇਦਾਂ ਜਵਾਬ ਦੇ ਕੇ ਬਸ ਤੋੜ ਦਿੱਤਾ ਜਾਂਦਾ, ਹਰ ਕੋਈ ਆਪਦਾ ਪੱਲਾ ਝਾੜ ਕੇ ਸਾਈਡ ਤੇ ਹੋ ਜਾਂਦਾ। ਅੱਜ ਤੁਸੀਂ ਇਕੱਠੇ ਹੋਏ ਹੋ ਮਹੱਲੇ ਦੇ ਵਿੱਚ ਗਲੀ ਦੇ ਵਿੱਚ, ਕੀ ਕਾਰਨ ਹੈ ਅੱਜ, ਖਾਸ ਵਜ੍ਹਾ ਕੀ ਹੈ? ਖਾਸ ਵਜ੍ਹਾ ਇਹ ਹੈ ਜੀ ਜਿਹੜਾ ਤਲਾ ਲੱਗਿਆ ਪਿਆ, ਜਾਂ ਤਾਂ ਸਾਨੂੰ ਬੇੜੀਆਂ ਦੇ ਦਿਓ, ਜਾਂ ਅਸੀਂ ਜੁੰਨਾ ਜੁੰਨਾ ਕੱਢ ਦਈਏ, ਪਰ ਕੋਈ ਕੰਮ ਨਹੀਂ ਬੇੜੀਏ। ਤੁਹਾਡੇ ਸਾਹਮਣੇ ਆ ਪੋਜੀਸ਼ਨ ਦੇਖ ਹੀ ਰਹੇ ਹੋ ਵੀ ਕੀ ਹਾਲ ਹੈ, ਬੱਚੇ ਦੇਖੋ ਪਾਣੀ ਦੇ ਵਿੱਚ ਬੈਠੇ ਨੇ, ਪਾਣੀ 'ਚ ਜਾ ਰਹੇ, ਪਾਣੀ 'ਚ ਆ ਰਹੇ, ਰੋਜ਼ ਦਾ ਕੰਮ ਹੈ। ਇਸ ਗਲੀ ਦੀ ਤਾਂ ਮੈਨੂੰ ਪਤਾ ਹੈ ਜੀ, ਸਭ ਤੋਂ ਜ਼ਿਆਦਾ ਵੋਟ ਇੱਧਰ ਪਈ ਆਮ ਆਦਮੀ ਪਾਰਟੀ ਨੂੰ, ਬਾਕੀ ਦਾ ਆਪਾਂ ਨਹੀਂ ਪਤਾ, ਬਾਕੀ ਜੇ ਕੰਮ ਕਰਨ ਤੇ ਆਓ ਤਾਂ ਕਾਗਜ਼ਾਂ ਦੇ ਵਿੱਚ ਤਾਂ ਪਤਾ ਨਹੀਂ 100% ਵੀ ਕਰ ਚੁੱਕੀ ਹੋਏਗੀ ਗਵਰਨਮੈਂਟ, ਸਾਡੇ ਤਾਂ ਇੱਥੇ ਜ਼ੀਰੋ ਹੈ। ਤੇ ਐਮਐਲਏ ਸਾਹਿਬ ਇੱਥੇ ਪਹੁੰਚੇ ਵੀ ਸਨ, ਵਿਧਾਇਕ ਬਣਨ ਤੋਂ ਬਾਅਦ ਇਸ ਪਾਣੀ ਦੇ ਵਿੱਚ ਪੈਦਲ ਚੱਲੇ ਸਨ, ਖੁਦ ਪਹੁੰਚੇ ਸੀ, ਆਸ਼ਵਾਸਨ ਤਾਂ ਬੜੇ ਦਿੱਤੇ ਗਏ, ਉਸ ਤੋਂ ਬਾਅਦ ਵੀ ਅਸੀਂ ਹੁਣ ਵੀ ਜਾ ਕੇ ਆਏ ਆ, ਪਰਸੋਂ ਜੋਥੇ ਵੀ ਅਸੀਂ ਜਾ ਕੇ ਆਏ ਆ ਤੇ ਉਹਨਾਂ ਨੇ ਫੋਨ ਕੀਤਾ ਈਓ ਸਾਹਿਬ ਨੂੰ, ਈਓ ਸਾਹਿਬ ਨੇ ਇੱਕ ਟੈਂਟਰ ਦੋ ਕੱਢਦੇ, ਦੋ ਟੈਂਕਰ ਭਰਨ ਵਾਲੇ ਕੋਈ ਮਸਲਾ ਹੱਲ ਨਹੀਂ ਹੋ ਜਾਣਾ, ਉਹ ਤਾਂ ਨਾ ਆਣ, ਉਹ ਤਾਂ ਫਿਰ ਅਸੀਂ ਬੈਠੇ ਹੀ 10 ਮਿੰਟ ਬਾਅਦ ਤਾਂ ਫਿਰ ਇਹੀ ਹੱਲ ਹੋ ਜਾਂਦਾ, ਕੋਈ ਹੱਲ ਥੋੜੀ ਇਸ ਚੀਜ਼ ਦਾ। ਉਹ ਜਦ ਤੱਕ ਉਹ ਪੱਕਾ ਹੱਲ ਨਹੀਂ ਹੈ, ਜਾ ਕੇ ਕਹਿੰਦੇ ਜੀ ਮੀਟਿੰਗਾਂ ਬੈਠਣਗੀਆਂ, 100 ਲੋਲੀਪੋਪ ਨੇ ਚਲੋ ਦਿੱਤੀ ਜਾਂਦੇ, ਅਸੀਂ ਵੀ ਗੁਜ਼ਾਰ ਕਰੀ ਜਾ ਰਹੇ, ਠੀਕ ਹੈ। ਇਹ ਮੂੰਹ ਜ਼ਬਾਨੀ ਤੁਹਾਡੇ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਜਾਂ ਕੋਈ ਲਿਖਤੀ ਤੌਰ ਤੇ? ਲਿਖਤੀ ਰੂਪ ਚ ਮਾਸਟਰ ਜੀ ਖੜੇ ਆ, 10 ਵਾਰੀ ਅਸੀਂ ਲਿਖਤੀ ਰੂਪ ਚ ਵੀ ਦੇ ਚੁੱਕੇ ਆ, ਹੁਣ ਵੀ ਦਿੱਤੇ, 10 ਪਹਿਲੇ ਵੀ 10 ਵਾਰੀ ਦੇ ਚੁੱਕੇ ਆ। ਕਿਸੇ ਦਾ ਸਾਨੂੰ ਦੇਣਾ ਇੱਕ ਕਮੇਟੀ ਦੇਣਾ, ਕਮੇਟੀ ਪ੍ਰਧਾਨ ਨੂੰ, ਇੱਕ ਆਪਣੇ ਦੂਜਾ ਕੀ ਕਹਿੰਦੇ ਨੇ ਹੈ ਭਗਵਤਵਾਨ ਨੂੰ, ਔਰ ਇੱਕ ਭਗਵਤਵਾਨ ਨੂੰ ਭੇਜਣਾ ਜੀ। ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਚੰਦੋਰਾ ਮਹੱਲਾ ਗਲੀ ਨੰਬਰ 1 ਤੋਂ, ਜਿੱਥੇ ਇਹਨਾਂ ਵੱਲੋਂ ਦਿਖਾ ਰਹੇ ਨੇ ਜੋ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ ਨਗਰ ਕੌਂਸਲ ਦੇ ਵਿੱਚ, ਵੱਖ ਵੱਖ ਜਿਹੜੀਆਂ ਕੀ ਹੈ ਇਹਨਾਂ ਵੱਲੋਂ ਐਪਲੀਕੇਸ਼ਨਾਂ ਅਫਸਰ ਸਾਹਿਬਾਨਾਂ ਤੱਕ ਪਹੁੰਚਾਈਆਂ ਗਈਆਂ ਨੇ। ਤਾਂ ਮੇਰੇ ਨਾਲ ਮਾਤਾ ਜੀ ਇੱਥੇ ਮੌਜੂਦ ਨੇ, ਅਸੀਂ ਗੱਲਬਾਤ ਕਰਾਂਗੇ। ਤਾਂ ਮਾਤਾ ਜੀ ਮੇਰੇ ਨਾਲ ਨੇ। ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ? ਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਅੱਜ ਫੇਰ ਤੁਸੀਂ ਜਿਹੜਾ ਸੀ ਸਾਰੇ ਮੱਲਾ ਵਾਸੀ ਇਕੱਠੇ ਹੋ ਗਏ? ਅਸੀਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਵੀ, ਅਸੀਂ ਤਾਂ ਇੰਨੇ ਕੁ ਦੁਖੀ ਆ ਨਾ, ਅਸੀਂ ਕੁਝ ਹੁਣ ਕੀ ਕਰੀ, ਪਹਿਲ ਵਾਸਤੇ ਸਾਡੇ ਕੋਲ ਕੁਝ ਹੈ ਹੀ ਨਹੀਂ, ਬੜਾ ਕੁਝ ਕਰ ਦੇਣਾ ਬਸ, ਸਾਡੀ ਕਮੀਆਂ ਨੂੰ ਕੱਢ ਦੇਣਾ, ਕੀ ਕਹੀਏ, ਸਾਲ ਹੋ ਗਿਆ ਸਾਨੂੰ ਕਹਿੰਦਿਆਂ ਨੂੰ, ਅਜੇ ਕੋਈ ਕਸਰ ਹੈ? ਅਸੀਂ ਕਿਹੜੀਆਂ ਜ਼ਮੀਨਾਂ ਮੰਗੀਆਂ ਨੇ ਉਹਨਾਂ ਕੋਲ, ਇੱਕ ਗਲੀ ਨਹੀਂ ਸਾਫ਼ ਕਰਵਾ ਸਕਦੇ? ਵੋਟਾਂ ਲੈਣ ਵੇਲੇ ਤਾਂ ਹੱਥ ਜੋੜਦੇ ਆਉਂਦੇ ਨੇ, ਮਾਤਾ ਆਸ਼ੀਰਵਾਦ ਦੇਵੀ, ਹੁਣ ਤਾਂ ਮਾਤਾ ਕੋਈ ਨਹੀਂ ਦਿਸਦੀ ਕਿਸੇ ਨੂੰ, ਦਿਸਦੀਆਂ ਨੇ ਕੋਈ, ਬਾਬਾ ਨਹੀਂ ਦਿਸਦੀਆਂ, ਕੋਈ ਮਾਤਾ ਨਹੀਂ। ਮਾਤਾ ਜੀ ਤੁਸੀਂ ਆਪ ਗਏ ਸੀ ਨਗਰ ਕੌਂਸਲ ਜਾਂ ਵਿਧਾਇਕ ਸਾਹਿਬ? ਸਾਰੀ ਜਗ੍ਹਾ ਜਦੋਂ ਆਦਮੀ ਸਾਰੇ ਜਗ੍ਹਾ ਜਾਇਆ, ਕਸਰ ਕੋਈ? ਪਰਸੋਂ ਫਿਰ ਜਾ ਕੇ ਆਏ ਨੇ ਸੋਨਾ ਸਾਹਿਬ ਕੋਲ, ਉਹਨਾਂ ਨੇ ਕੈਂਟਰ ਭੇਜਤਾ, 2 ਕੈਂਟਰ ਪਾਣੀ ਦੇ ਕੱਢ ਕੇ, ਉਹਨਾਂ ਨੂੰ ਕੀ ਫਾਇਦਾ ਹੀ ਹੈ ਨਾ ਕੱਢਣ 2 ਕੈਂਟਰ? 10 ਮਿੰਟਾਂ ਬਾਅਦ ਉਹ ਜਾ ਫਿਰ ਭਰਿਆ ਜਾਂਦਾ, ਇਹਨਾਂ ਨੂੰ ਪੁੱਛੋ ਸਾਰੀ ਗਲੀ ਕੀ ਹਾਲ, ਅਸੀਂ ਅੰਦਰ ਕੀ ਕਰਿਆ, ਇੱਧਰ ਦੇਖੋ ਕੋਈ ਆ ਜਾਂਦਾ ਨਾ, ਸਾਨੂੰ ਇੱਕ ਮਰਨ ਆਉਂਦਾ ਵੀ ਕਿਸੇ ਰਿਸ਼ਤੇਦਾਰ ਨੂੰ ਅੰਦਰ ਕਿਵੇਂ ਬਿਠਾਈਏ।
जरा को फोन करने बेचारे कमेटी जाने की अगर भी नहीं सुनी तस्वीर दिखा जो मल्ला वासे कठे हुए ने अपना रोष जता रहे ने काफी लंबे समय तो तुम पहला भी वीडियो देख चुके हो वख वख चैनल ते वीडियो देख चुके हो साडे बच्चे इन्हे परेशान होंगे है गंदे पानी दे विच लंघ के जांदे उन्हां दी वर्दियां शूज पाए होंगे सारे खराब हो जाते हैं असि इन्ने परेशान हो बहुत ज्यादा दुखी हो गए हैं। की नाम है तुहाडा? मेरा नाम राजकुमार है जी। उधर देखो उधरों भी सड़क उच्ची है उधर भी साड़ी गली सब तो नीवी है जी। एक दो टैंकर भर दे पांच दस मिनट बाद फिर पानी भर जाता है जी। साडे बच्चे कितने जान ना कोई खेडने नू गली है जी ना कोई सारा पानी पानी गली दे विच हो रखे जी। कैमरा मैन दिखाओ जी उन्होंने कहो जी देखो पानी कितना खड़ा है जी। असीं बहुत ज्यादा परेशान है तुहाडे अगे ये बेनती करते हैं जी कि साडी सड़क बनाई जाए सिवरेज साफ किए जान असीं कोई सुख की जिंदगी जी सकीए। तुहानूं पता भी डेंगू का समा है जी गर्मी का टाइम है बहुत ज्यादा परेशान है जी। जी तो तुसीं इधर दूसरे पासे कैमरामैन नूं कहो मैं तस्वीरां दिखाउण बच्चे जिहड़ा की है पानी दे विच खेल रहे ने छोटे छोटे बच्चे खेल रहे ने पानी दे विच जां कह लो उत्थों गुजर रहे ने उस पानी दे विचों देखना होगा भी होर किन्नी जिहड़ा की समा इन्हां वासियां नूं इन्हां लोगां नूं ये समस्या जिहड़ी है झेलनी पै सकती है। तो मैं एक बार फिर तो गल करनी चाहवांगा भाई साहब नाल। हाँ जी आखिर दे विच की कुछ तुसीं कहना चाहोगे मीडिया के जरिए अफसरां नूं एमएलए साहिबां नूं? साडी तां सर यही बेनती है भी इस चीज़ का हल किया जाए। बहुत बार असीं कह लिया भी हुण इहदों वध हद है बस भी असीं सारी गली ने जा जा के एमएलए साहब नूं ईओ साहब नूं प्रधान साहब नूं सब नूं रिक्वेस्टां पातियां लैटरां तक दे आए लेकिन इस चीज का कोई हल नहीं। साल तो असीं अंदर कट रहे इस तो साडी निजात पाई जाए बस क्योंकि इधर भी गली उच्ची है इधर भी गली उच्ची है ये गली नीवी होने करके सारी समस्या है। तो असीं गए भी हाँ लेकिन वो कह रहे गली का टेंडर हो गया कभी एसटीमेट हो गया कभी इस मीटिंग पास होना है मीटिंग हो जाएगा सानू इस तरह लारे लाए जा रहे हैं साल तो ही। साडी यही एक रिक्वेस्ट है भी इस चीज का कोई मसला हल किया जाए बस। जे मान लो तुहाडी हुण भी सुनवाई नहीं होंदी तो की नेक्स्ट तुहाडा स्टेप की होएगा? इस तो बाद ये है जी असीं जो मन बनाया साडी गली सारी ने असी जाके गेट दे अगे कमेटी दे अगे धरना लावांगे असी कमेटी दे बंदे नूं कोई अंदर नहीं वड़न देंगे हुण साडा लास्ट स्टेज स्टेप है बस। इस तों किन्ने आपां कैसने इस गली दे विच जिहड़े परिवार वसदे ने देखो किन्ने परिवार की सारा महला साडे नाल है कल्ली गली दी समस्या दे नाल तां सारे चलणगे पर इह समस्या ज्यादातर तुहाडी गली दे विच आंदी है। गली दी समस्या जरूर है लेकिन महला तां सारा इकट्ठा ही है। अच्छा तुहाडे नाल खड़ा पूरा महला असीं सब जाके गेट दे अगे धरना लावांगे कल नूं असीं बड़ी वारी कह चुके हैं लेकिन उहनां दे कोई इस चीज़ का असर नहीं है। इस तों बाद साडे कोई हल है जी बस। तो दोस्तों तुसी तस्वीरां देख रहे हो छोटे छोटे बच्चे खड़े ने। हाँ जी गुड़िया की नाम है तुहाडा? रिया। रिया क्या कहना चाहोगे जो ये गंदगी पानी है जो खड़ा है आप खेल रहे हो उस पानी में? मैम ये पानी हट जाए। हट जाए पानी हम खेल सके बस आपको कब? तो दोस्तों ये तुसी लाइव तस्वीरां ने देख रहे हो। हाँ जी मास्टर जी हाँ जी अपना नाम दसो पहला। हाँ मेरा नाम सुनील कुमार है। तुहानू सब नू पहला सत श्री अकाल। असी पहला भी तुहाडे माध्यम राही असी अपनी गली की समस्या दसी सी जी उपर तक पहुंचाई है तुसी पहुंचाई है तुहाडा बहुत बहुत धन्यवाद।
ਤੁਹਾਨੂੰ ਫਿਰ ਅੱਜ ਇੱਥੇ ਇਸ ਕਰਕੇ ਬੁਲਾਇਆ ਗਿਆ ਹੈ। ਸਭ ਨੇ ਆਪਣੇ ਆਪਣੇ ਬਿਆਨ ਦਿੱਤੇ ਹੈ, ਸਾਰੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਦੁਖੀ ਹੈ ਤੇ ਸਾਡੀ ਸਮੱਸਿਆ ਨੂੰ ਇਹਨਾਂ ਨੇ ਅਣਗੋਲਿਆ ਕਰਤਾ। ਇੱਕ ਦੋ ਵਾਰੀ ਕਰਾ ਕੇ ਸਫਾਈ ਮਾੜਾ ਮੋਟਾ ਰਾਹਤ ਦੇ ਕੇ ਉਸ ਤੋਂ ਬਾਅਦ ਸਾਨੂੰ ਫਿਰ ਔਖਾ ਹੋਣਾ ਪਿਆ। ਪਾਣੀ ਤੁਸੀਂ ਵੇਖ ਲਿਆ, ਕੀੜੇ ਵੇਖ ਲਏ ਕੀੜੇ ਕਿੰਨੇ ਹੈ, ਪਰ ਲੇਕਿਨ ਕੀ ਹੈ, ਅਸੀਂ ਲਾਸਟ ਸਾਡਾ ਸਟੈਪ ਹੈ। ਤੁਹਾਡੇ ਮਾਧਿਅਮ ਨਾਲ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਸਮੱਸਿਆ ਨੂੰ ਹੱਲ ਕਰਕੇ ਸੜਕ ਉੱਚੀ ਕੀਤੀ ਜਾਵੇ ਤਾਂ ਕਿ ਸਾਡਾ ਜੋ ਨਰਕ ਹੈ ਉਹ ਸਵਰਗ ਬਣ ਸਕੇ, ਕਿ ਨਰਕ ਦਾ ਜੀਵਨ ਬਤੀਤ ਕਰ ਰਹੇ ਹਾਂ ਅਸੀਂ। ਇਹ ਸਵਰਗ ਵਿੱਚ ਆਸੇ ਪਾਸੇ ਸਵਰਗ 'ਚ ਰਹਿ ਰਹੇ ਹੈ ਪਰ ਅਸੀਂ ਨਰਕ 'ਚ ਰਹਿ ਗਏ ਹਾਂ। ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਸਾਡੇ ਕੋਲ ਜਿੰਨੇ ਵੀ ਹੈ ਇਹ ਸਾਰੇ ਸਾਡੇ ਮੰਗ ਪੱਤਰ ਗਏ ਹੋਏ ਹੈ, ਜਿੰਨੇ ਵੀ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਰਹੇ ਹੋ, ਇਹ ਸਾਡੀ ਸਾਰੀ ਗਲੀ ਤਰਫੋਂ ਮੰਗ ਪੱਤਰ ਗਏ ਹੋਏ ਹੈ। ਕਿਸੇ ਵੀ ਈਓ ਨੇ, ਪ੍ਰਧਾਨ ਨੇ, ਐਮਸੀ ਨੇ ਜਾਂ ਮਾੜੀ ਮੋਟੀ ਕੀਤੀ, ਪਰ ਲੇਕਿਨ ਉਹਨਾਂ ਨੇ ਸਾਡੀ ਇਸ ਬਾਰੇ ਕੋਈ ਜ਼ਿਆਦਾ ਉਹ ਨਹੀਂ ਕੀਤਾ ਕਿ ਜੇ ਕਰ ਸਾਡੀ ਗਲੀ ਕੋਈ ਸੁਧਰ ਸਕੇ। ਅਸੀਂ ਤੁਹਾਡੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਇਹ ਜਿਹੜੀਆਂ ਹੈਗੀਆਂ ਮੰਗ ਪੱਤਰ ਭੇਜੇ ਗਏ, ਇਹਨਾਂ ਦਾ ਸਾਡਾ ਦੇਖ ਕੇ ਦੁਬਾਰਾ ਵਿਚਾਰ ਕਰਕੇ ਸਾਡੀ ਗਲੀ ਦੀ ਸਮੱਸਿਆ ਹੱਲ ਕੀਤੀ ਜਾਵੇ ਤੇ ਸਾਡੀ ਗਲੀ ਉੱਚੀ ਕੀਤੀ ਜਾਵੇ ਤਾਂ ਕਿ ਸਾਨੂੰ ਇਸ ਨਰਕ ਤੋਂ ਨਿਜਾਤ ਮਿਲ ਸਕੇ। ਧੰਨਵਾਦ ਜੀ। ਤਾਂ ਦੋਸਤੋ ਮੈਂ ਤੁਹਾਨੂੰ ਦੱਸਦਾ, ਇਹ ਕੋਈ ਮੰਗ ਪੱਤਰ ਇੱਕ ਨਹੀਂ ਹੈ, ਕੋਈ ਇੱਕ ਆਪਾਂ ਕਹੀਏ ਐਪਲੀਕੇਸ਼ਨ ਨਹੀਂ ਹੈ, ਘੱਟੋ ਘੱਟ 25 ਐਪਲੀਕੇਸ਼ਨ ਹੈ ਜੋ ਇਹਨਾਂ ਵੱਲੋਂ ਦਿੱਤੀਆਂ ਗਈਆਂ ਨੇ ਜੋ ਇਹ ਦਿਖਾ ਰਹੇ ਨੇ। ਤਾਂ ਮੈਂ ਸਨੀ ਦੁਮੜਾ ਤੁਹਾਨੂੰ ਚੰਦੋਰਾ ਮਹੱਲੇ ਦੀ ਗਲੀ ਨੰਬਰ 1 ਤੋਂ ਇਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਸੀ। ਇੱਥੋਂ ਦੇ ਲੋਕਾਂ ਦੀ ਜੋ ਸਮੱਸਿਆ ਸੀ ਸੀਵਰੇਜ ਦੇ ਪਾਣੀ ਨੂੰ ਲੈ ਕੇ, ਤਾਂ ਇਸੇ ਤਰ੍ਹਾਂ ਹੋਰ ਲਾਈਵ ਕਵਰੇਜ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।